ਆਜੋ ਪਈ ਅੱਜ ਕਰਾਂਗੇ ਗੱਲ ਆਪਾਂ ਆਇਸ਼ਰ ਆਸ਼ਾ ਵੀ ਕਹਿੰਦੇ ਨੇ ਆਇਸ਼ਰ ਵੀ ਕਹਿੰਦੇ ਨੇ ਬਾਕੀ ਕਹਨ ਕਹਿਣ ਦੀਆਂ ਗੱਲਾਂ ਨੇ ਕੋਈ ਆਸ਼ਾ ਕਹਿੰਦਾ ਕੋਈ ਆਇਸ਼ਰ ਕਹਿੰਦਾ ਵੀਡੀਓ ਨੂੰ ਸ਼ੇਅਰ ਕਰਦਾ ਜੀ ਅੱਜ ਜਿੰਨੇ ਬਾਰੇ ਗੱਲਬਾਤ ਕਰਨੀ ਸਾਰੀ ਸੀਆਰਡੀ ਦੇ ਅੰਦਰ ਆ ਗਿਆ ਇਹ ਵੀ ਟ੍ਰੈਕਟਰ ਕਾਫੀ ਟਾਈਮ ਦਾ ਲਾਂਚ ਹੋਇਆ ਹੋਇਆ ਹੈ ਪੰਜ ਸਟਾਰ 600 ਪਈਆ ਸੀਆਰਡੀ ਟ੍ਰੈਕਟਰ ਹੈ ਆਇਸ਼ਰ ਪਹਿਲਾਂ ਥੋੜੀ ਜਿਹੀ ਨੇ ਬੈਕਗ੍ਰਾਉਂਡ ਦੀ ਗੱਲ ਕਰਾਂਗੇ ਆਪਾਂ ਤੇ ਬਾਕੀ ਬਾਅਦ ਚ ਇਹਦੇ ਉੱਤੇ ਗੱਲ ਕਰਾਂਗੇ ਇਹਦਾ ਬੈਕਗ੍ਰਾਉਂਡ ਹੈਗਾ 241 242 ਤੋਂ ਸ਼ੁਰੂ ਹੋਇਆ ਸੀ ਆਇਸ਼ਰ ਜੋ ਕਿ ਉਸ ਟਾਈਮ ਦੇ ਵਿੱਚ ਬਾਲਾ ਜਿਹਾ ਚੜਾਈ ਦਾ ਟਰੈਕਟਰ ਸੀ ਉਸ ਟਾਈਮ ਦੇ ਵਿੱਚ ਬਾਲਾ ਜਿਹਾ ਖਰੀਦੇ ਜਾਣ ਵਾਲਾ ਜਿਹਾ ਆਪਾਂ ਗੱਲ ਕਰੀਏ ਸੇਲਿੰਗ ਦੇ ਵਿੱਚ ਸਭ ਤੋਂ ਅੱਗੇ ਟਰੈਕਟਰ ਇਹ ਹੁੰਦਾ ਸੀ ਤੇ ਐਵਰੇਜ ਦੀ ਗੱਲ ਕਰੀਏ ਤਾਂ ਅੱਗੇ ਸੀ ਸਿੰਗ ਇੱਕ ਸਿਲੰਡਰ ਉਹਨਾਂ ਦਾ ਸੀ 에ਅਰ ਕੂਲ ਵਾਲਾ ਠੀਕ ਹੈ ਜੀ ਤੇ ਹੁੰਦਾ ਰੈਡੀਟਰ ਵਾਲਾ ਵੀ ਦੇਤਾ ਇਹਨਾਂ ਨੇ ਆਪਣਾ ਵਾਟਰ ਕੂਲ ਵਾਲਾ ਦੇਤਾ ਹੁਣ ਠੀਕ ਹੈ ਜੀ ਕਾਫੀ ਚੜਾਈ ਕਰ ਗਈ ਕੰਪਨੀ ਨੇ ਕਾਫੀ ਮਾਡਲ ਦਿੱਤੇ 585 ਦਿੱਤੇ ਹੋਰ ਵੀ ਕਾਫੀ ਦਿੱਤੇ ਨੇ ਇੱਕ ਅਦਾਣੀ ਦਿੱਤਾਗਾ ਮੈਂ ਇਹ ਗੱਲ ਕਰਾਂ ਇਹੀ ਮਾਡਲ ਲਾਂਚ ਕੀਤਾ ਨਹੀਂ ਹੋਰ ਵੀ ਦਿੱਤੇ ਨੇ ਮਾਡਲ ਤਾਂ ਬਾਕੀ ਕੰਪਨੀ ਨੇ ਸਮੇਂ ਸਿਰ ਕੁਸ਼ ਤਬਦੀਲੀਆਂ ਨਹੀਂ ਕੀਤੀਆਂ ਤਾਂ ਕਰਕੇ ਥੋੜੀ ਪਿੱਛੇ ਕੰਪਨੀ ਜਦੋਂ ਇਹਨਾਂ ਦਾ ਸਟਾਰਟਿੰਗ ਦੇ ਵਿੱਚ 241 ਆਇਆ ਸੀ ਤਾਂ ਕਿਸੇ ਨੇ ਉਹਨੂੰ ਬੀਟ ਨਹੀਂ ਸੀ ਕੀਤਾਗਾ ਬਹੁਤ ਅੱਗੇ ਸੀ ਟਰੈਕਟਰ ਅੱਜ ਵੀ ਲੋਕੀ ਉਹਨੂੰ ਐਵਰੇਜ ਲੈਣ ਪਿੱਛੇ ਵਰਤਦੇ ਨੇ ਕਾਫੀ ਘਰ ਨੇ ਜੇ ਮੈਂ ਗੱਲ ਕਰਾਂ ਹਰ ਇੱਕ ਘਰ ਦੇ ਵਿੱਚ ਜੇ ਤਿੰਨ ਤਿੰਨ ਟਰੈਕਟਰ ਨੇ ਚਾਰ ਚਾਰ ਨੇ ਤਾਂ ਉਹਨਾਂ ਕੋਲੇ ਇੱਕ ਆਸ਼ਾ ਜ਼ਰੂਰ ਹੁੰਦਾ ਕਿਉਂਕਿ ਉਹ ਕਹਿੰਦੇ ਨੇ ਵੀ ਐਵਰੇਜ ਲੈਣੀ ਪੰਜਮਾ ਗੇਅਰ ਲਾਵਾਂਗੇ ਤਾਂ ਛੇਤੀ ਲੈ ਜਾਗੇ ਕਿੱਥੇ 1.5 ਲੀਟਰ ਨਾ ਪਹੁੰਚ ਜਾਂਦਾ ਕਿੱਥੇ ਉਹ 4-4 ਲੀਟਰ ਖਾਂਦੇ ਨੇ ਤਾਂ LED ਵਗੈਰਾ ਦੇਤੇ ਵਧੀਆ ਜਿਹੜੀ ਸ਼ੇਪ ਹੈ ਦੇਤੀ ਰੈੱਡ ਕਲਰ ਚ ਕਰਤਾ ਤੇ V3 ਪ੍ਰਾਈਮ ਦਾ ਅੱਗੇ ਲੋਗੋ ਲੱਗਾ ਹੁੰਦਾ ਸਿੰਗਲ ਹੈਂਡਡ ਓਪਨ ਹੋ ਜਾਂਦਾ ਡ్రਾਈ 에ਅਰ ਕਲੀਨਰ ਹੈ ਤੇ ਹਿੱਟਗਾਰਡ ਕੰਪਨੀਆਂ ਤੋਂ ਲੱਗੇ ਆਉਂਦੇ ਨੇ ਦੇ ਸਾਡੇ ਡਬਲ ਜੈਕ ਜਿਹੜੀ سپورਟ ਲੱਗੀਆਂ ਨੇ ਕੰਪਨੀ ਨੇ ਬਹੁਤ ਵਧੀਆ ਕੰਮ ਕੀਤਾ ਕਈ ਕੰਪਨੀਆਂ ਨੇ ਮੈਂ ਵੇਖਿਆ ਸਿੰਗਲ ਜੈਕ ਦਿੱਤਾ ਉਹ ਫਿਰ ਕੰਬਦੇ ਆ ਖਤਮ ਹੋ ਜਾਂਦਾ ਜੈਕ ਥੋੜੇ ਟਾਈਮ ਬਾਅਦ ਡਬਲ ਦੇਣਾ ਚਾਹੀਦਾ ਤਿੰਨ ਸਿਲੰਡਰ ਦੇ ਨਾਲ ਇੰਜਣ ਆਉਂਦਾ ਸੀਆਰਡੀ ਦੇ ਅੰਦਰ ਵੈਸੇ ਨਿਊਜ਼ੀਲੈਂਡ ਉਹੀ ਹੋਏਗਾ ਤੇ ਅਗਲੇ ਪੰਨੇ ਆਪਣਾ ਇੰਟਰਕੂਲਰ ਤੇ ਡੀਜ਼ਲ ਕੂਲਰ ਆਉਂਦਾ ਠੀਕ ਹੈ ਇਸ ਤੋਂ ਇਲਾਵਾ ਪਾ ਗੱਲ ਕਰਾਂਗੇ ਥੋੜੀ ਹੁਣ ਪਾਵਰ ਸਟੀਅਰਿੰਗ ਆਉਂਦਾ ਡਬਲ ਐਕਟਿੰਗ ਤੇ ਫੋਰ व्हीਲ ਆਉਂਦਾ ਠੀਕ ਹੈ ਜੀ ਫੋਰ व्हीਲ ਟੂ व्हीਲ ਹੋਤਾ ਆਪਸ਼ਨਲ ਨੇ ਆਪਣੇ ਕੋਲੇ ਡਬਲ ਪੰਪ ਹੈ ਜਿਹੜਾ ਲੱਗਾ ਹਾਂ ਟਰਬੋ ਲੱਗੀ ਹੁੰਦੀ ਏ ਛੋਟੀ ਜੀ ਇੱਕ ਕਿਉਂਕਿ ਗੈਸਾ ਕੰਟਰੋਲ ਕਰਨ ਵਾਸਤੇ ਕੰਪਨੀ ਲਾਉਂਦੀ ਹੈ ਇਹਨਾਂ ਨੂੰ ਤੇ 650 ਰੈੱਡ ਕਲਰ ਚ ਆਉਂਦਾ ਆਈਸ਼ਾ ਟੌਪ ਫੀਚਰ ਦਾ ਜਿਹੜਾ ਇਹ ਟਰੈਕਟਰ ਅੱਜ ਦੇ ਟਾਈਮ ਦੇ ਵਿੱਚ 60 ਐਚਪੀ 200 2000 ਆਰਪੀਐਮ ਰਿਲੇਟਡ 2000 ਆਰਪੀਐਮ ਦੇ ਨੇ 60 ਐਚਪੀ ਜਿਹੜੀ ਪੂਰੀ ਕਰ ਦੇਣੀ ਹੈ ਹਿੱਟਗਾਰਡ ਕੰਪਨੀਆਂ ਨਾਲ ਲੱਗੇ ਆਉਂਦੇ ਨੇ ਹਰ ਇੱਕ ਹੰਗ ਕੰਪਨੀ ਨੂੰ ਮੈਂ ਕਹਿੰਨਾ 50 ਐਚਪੀ ਦੇ ਉੱਤੇ ਹਿੱਟਗਾਰਡ ਦੇਣੇ ਚਾਹੀਦੇ ਜੀ ਹਰ ਇੱਕ ਕੰਪਨੀ ਨੂੰ ਤੇ weight ਵਗੈਰਾ ਲੱਗੇ ਹੁੰਦੇ ਮੈਂ ਤਾਂ ਕਹਿੰਦਾ ਹਿੱਟ ਗੜ ਕਿਉਂ ਉਹਨਾਂ ਦੀ ਜਿਹੜੀ ਗਰਮੈਸ਼ ਹੈ ਨਾ ਉਹ ਟਰੈਕਟਰ ਤੇ ਬੰਦੇ ਦੇ ਉੱਤੇ ਬੈਠਿਆ ਵੱਜਦੀ ਕੋ ਨਹੀਂ ਠੀਕ ਹੈ ਜੀ ਇਸੇ ਗੱਲੋਂ ਮੈਂ ਕਈ ਵਾਰੀ ਬੋਲ ਦਿੰਨਾ ਕੰਪਨੀ ਨੇ ਆ ਚੀਜ਼ਾਂ ਨਹੀਂ ਦਿੱਤੀਆਂ ਤਾਂ ਲੋਕਾਂ ਨੂੰ ਲੱਗਦਾ ਗੁੱਸਾ ਠੀਕ ਹੈ ਹਰ ਇੱਕ ਕੰਪਨੀ ਨੂੰ ਦੇਣੇ ਚਾਹੀਦੇ ਜੀ ਮੈਂ ਨਹੀਂ ਕਹਿੰਦਾ ਇਹਨੇ ਦੇਤੇ ਤਾਂ ਦੂਜੀਆਂ ਦੇ ਨਹੀਂ ਰਹੀਆਂ ਕਈ ਦੇ ਰੀਆਂ ਨੇ ਹੁਣ ਤੋਂ ਉਹਨਾਂ ਲਈ ਕਦਿੰਦੀ ਪਈ ਹੈ ਸੀਆ ਆਪਣੇ ਕਈ ਮਾਡਲਾਂ 'ਚ ਨਹੀਂ ਆਉਂਦੇ ਮੈਂ ਤਾਂ ਕਹਿੰਦਾ ਦੇਣੇ ਚਾਹੀਦੇ 16 9 28 ਦੇ ਬੈਕ ਟਾਇਰ ਆਉਣਗੇ ਕਾਫੀ ਵੱਡੇ ਟਾਇਰਾਂ ਦਾ ਸਾਈਜ਼ ਦਿੱਤਾ ਠੀਕ ਹੈ ਜੀ ਟਰਬੋ ਦਿੱਤੀ ਹਿੱਟ ਗਾਰਡ ਦਿੱਤੇ ਅ ਇਸ ਤੋਂ ਇਲਾਵਾ ਕਯੂਬਿਕ ਕੈਪੈਸਿਟੀ ਜਿਹੜਾ ਸੀਸੀ ਸੀਸੀ ਕਹਿੰਦੇ ਨੇ ਇੰਜਨ ਹਨਾ 3300 ਸੀਸੀਆਂ ਦਾ ਇੰਜਨ ਹੈ ਅੱਜ ਵੀ ਤੇਲ ਦੀ ਕੰਜ਼ਮਪਸ਼ਨ ਬਹੁਤ ਘੱਟ ਹੋਏਗੀ ਇਸ ਟਰੈਕਟਰ ਦੀ ਇਸ ਤੋਂ ਇਲਾਵਾ 5 ਸਟਾਰ ਦੇ ਅੰਦਰ ਉਹ ਤੁਹਾਨੂੰ ਦੱਸਤਾ ਬਾਕੀ ਹਾਂ ਆ ਜਿਹੜਾ ਢੱਕਣਾ ਮੈਂ ਇਹ ਗੱਲ ਕਾ ਫੇਰ ਅਖਾਂਗਾ ਵੀ ਗਲਤ ਦਿੱਤਾ ਕੰਪਨੀ ਨੇ ਕਿਉਂਕਿ ਤੁਹਾਨੂੰ ਪਤਾ ਇੱਕ ਫਾਰਮ ਟਰੈਕ ਦੀ ਦਿੱਤਾ ਸੀ ਇੱਕ ਇਹਦੇ ਦੇ ਤਾਂ ਹੁਣ ਕੰਪਨੀ ਰੀਸਟੋਰੇਸ ਦੇ ਤਦ ਦਿੰਦੀ ਆ ਭਾਵੇਂ ਵੇਖੇ ਤੋਂ ਬਿਨਾ ਪਰ ਇੱਥੇ ਡੀਜ਼ਲ ਪਾਉਣਾ ਬਹੁਤ ਹੀ ਮੁਸ਼ਕਲ ਹੈ ਕੱਲਾ ਬੰਦਾ ਡੀਜ਼ਲ ਨਹੀਂ ਪਾ ਸਕਦਾ ਹੁਣ ਕਈ ਵਿਦਵਾਨ ਆਣ ਕੇ ਥੱਲੇ ਕਹਿਣਗੇ ਤੈਨੂੰ ਪਤਾ ਨਹੀਂਗਾ ਟਰੈਕਟਰ ਬਾਰੇ ਤੈਨੂੰ ਫਲਾਨਾ ਨੇ ਵੀਰੇ ਤੁਸੀਂ ਡੀਜ਼ਲ ਪਾ ਕੇ ਦੇਖੋ ਤੁਹਾਨੂੰ ਉੱਥੇ ਪਤਾ ਲੱਗੇਗਾ ਜਿਹੜੇ ਲੋਕ ਪਾਉਂਦੇ ਨੇ ਜਿਹੜੇ ਲੋਕ ਫਾਰਮ ਟਰੈਕ ਨੂੰ ਆਉਂਦੇ ਨੇ ਮਾੜਾ ਤਾਂ ਮੈਂ ਬੋਲਿਆ ਹੁਣ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੇ ਧੰਨਵਾਦ